ਜਿਹਦੀ ਸਰਕਾਰ ਬਣੀ ਆ ਉਸੇ ਦਿਨ ਤੋਂ ਲੈ ਕੇ ਹੀ ਜਿਹੜੀ ਸਥਿਤੀ ਬੜੀ ਮਾੜੀ ਹੈ ਸਰਕਾਰ ਯਾਲੀ ਸਭ ਕਿਵੇਂ ਦੇਖਦੇ ਹੋ ਅੱਜ ਦੂਜਾ ਜਨਰਲ ਸੈਸ਼ਨ ਦਾ ਜੀ ਦੇਖੋ ਅੱਜ ਜਿਹੜੇ ਵੀ ਕਿਉਂਕਿ ਅੱਜ ਜ਼ੀਰੋ ਆਵਰ ਵੀ ਹੋਣਾ ਕੁਐਸਚਨ ਆਵਰ ਵੀ ਆ ਬਿਲਕੁਲ ਤੇ ਬਹਿਸ ਵੀ ਹੋਣੀ ਆ ਤੇ ਰਾਜਪਾਲ ਦੇ ਭਾਸ਼ਣ ਤੇ ਸੋ ਉਹਦੇ ਵਿੱਚ ਸਾਰੇ ਮੁੱਦੇ ਜਿਹੜੇ ਹੈਗੇ ਚੱਕਾਂਗੇ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ देख ही रहा अपन रोज जिहड़े हालात बने हुए ने लॉ एंड ऑर्डर लैके खास तौर पर जिस दिन सरकार बनी है उसे दिन तो लैके ही जिहड़ी स्थिति बड़ी माड़ी है सरकार कहती है हुण जेलां दे विच कोई फोन नहीं हैगा पर कल ही वीडियो वायरल हुंदी है गोविंदवाल साहब जेल दे विच किवें मर्डर करके लाशां वछाईआं गईआं सीगीआं हैरानी वाली गल है यह भी देखो अज ਇਹ ਜਿਹੜੇ ਗੈਂਗਸਟਰ ਨੇ ਵੀ ਜੇਲ੍ਹਾਂ ਦੇ ਵਿੱਚੋਂ ਵੀ ਵੀਡੀਓ ਪਾ ਰਹੇ ਨੇ ਤੇ ਸਰਕਾਰ ਦਾ ਜਿਹੜਾ ਮੈਂ ਕੰਟਰੋਲ ਹੀ ਹੈ ਨਹੀਂ ਸੋ ਬਾਹਰ ਵੀ ਹੈ ਨਹੀਂ ਤੇ ਜ਼ਿਲ੍ਹਾ ਦੇ ਅੰਦਰ ਵੀ ਹੈ ਨਹੀਂ ਅਲੀ ਸਾਹਿਬ ਅੰਮ੍ਰਿਤਪਾਲ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਅਜਨਾਲੇ ਥਾਣੇ ਗਏ ਸੀਗੇ ਵੱਡਾ ਕਾਫਲਾ ਲੈ ਕੇ ਨੌਜਵਾਨਾਂ ਦਾ ਚਲੋ ਇੱਕ ਧਾਰਮਿਕ ਮੁੱਦਾ ਹੈਗਾ ਉਹਦੇ ਤੇ ਜਥੇਦਾਰ ਸਾਹਿਬ ਨੇ ਕਮੇਟੀ ਬਣਾਈ ਆ ਅੱਗੇ ਕੀ ਫੈਸਲਾ ਲੈਂਦੇ ਆ ਉਹ ਤੇ ਫਿਰ ਵਿਚਾਰ ਕਰਾਂਗੇ ਬਿਲਕੁਲ ਸੋ ਮਨਪ੍ਰੀਤ ਸਿੰਘ ਯਾਲੀ ਜੋ ਕਿ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਆ ਉਹ ਇੱਥੇ ਪਹੁੰਚੇ ਨੇ ਸੋ ਪੰਜਾਬ ਦੀ ਹਾਲਾਤਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ ਕਹਿੰਦੇ ਅੱਜ ਦੇਖੋਗੇ ਜ਼ੀਰੋ ਆਵਰ ਆ ਉਹਦੇ ਉੱਪਰ ਵੀ ਕੀ ਗੱਲਬਾਤ ਹੁੰਦੀ ਹੈ ਸਵਾਲ ਜਵਾਬ ਵੀ ਹੋਣੇ ਆ ਸੋ ਜੁੜੇ ਰਹੋ ਸਮਰ ਨਿਊਜ਼ ਦੇ ਨਾਲ ਯਾਲੀ ਸਾਹਿਬ ਕਿਵੇਂ ਦੇਖਦੇ ਹੋ ਅੱਜ ਦੂਜਾ ਜਨਰਲ ਸੈਸ਼ਨ ਦਾ ਜੀ ਦੇਖੋ ਅੱਜ ਜਿਹੜੇ ਵੀ ਕਿਉਂਕਿ ਅੱਜ ਜ਼ੀਰੋ ਆਵਰ ਵੀ ਹੋਣਾ ਕੁਐਸਚਨ ਆਵਰ ਵੀ ਆ ਬਿਲਕੁਲ ਤੇ ਬਹਿਸ ਵੀ ਹੋਣੀ ਆ ਤੇ ਰਾਜਪਾਲ ਦੇ ਭਾਸ਼ਣ ਤੇ ਸੋ ਉਹਦੇ ਵਿੱਚ ਸਾਰੇ ਮੁੱਦੇ ਜਿਹੜੇ ਹੈਗੇ ਚੱਕਾਂਗੇ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਦੇਖ ਹੀ ਰਿਹਾ ਆਪਾਂ ਨੂੰ ਰੋਜ਼ ਜਿਹੜੇ ਹਾਲਾਤ ਬਣੇ ਹੋਏ ਨੇ ਲਾਅ ਐਂਡ ਆਰਡਰ ਨੂੰ ਲੈ ਕੇ ਖਾਸ ਤੌਰ ਤੇ ਜਿਸ ਦਿਨ ਸਰਕਾਰ ਬਣੀ ਆ ਉਸੇ ਦਿਨ ਤੋਂ ਲੈ ਕੇ ਹੀ ਜਿਹੜੀ ਸਥਿਤੀ ਬੜੀ ਮਾੜੀ ਆ ਸਰਕਾਰ ਕਹਿੰਦੀ ਆ ਹੁਣ ਜੇਲ੍ਹਾਂ ਦੇ ਵਿੱਚ ਕੋਈ ਫੋਨ ਨਹੀਂ ਹੈਗਾ ਪਰ ਕੱਲ ਹੀ ਵੀਡੀਓ ਵਾਇਰਲ ਹੁੰਦੀ ਹੈ ਗੋਵਿੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਕਿਵੇਂ ਮਰਡਰ ਕਰਕੇ ਲਾਸ਼ਾਂ ਵਿਛਾਈਆਂ ਗਈਆਂ ਸੀਗੀਆਂ ਹੈਰਾਨੀ ਵਾਲੀ ਗੱਲ ਹੈ ਇਹ ਵੀ ਦੇਖੋ ਅੱਜ ਇਹ ਜਿਹੜੇ ਗੈਂਗਸਟਰ ਨੇ ਵੀ ਜੇਲ੍ਹਾਂ ਦੇ ਵਿੱਚੋਂ ਵੀ ਵੀਡੀਓ ਪਾ ਰਹੇ ਨੇ ਤੇ ਸਰਕਾਰ ਦਾ ਜਿਹੜਾ ਮੈਂ ਕੰਟਰੋਲ ਹੀ ਹੈ ਨਹੀਂ ਸੋ ਬਾਹਰ ਵੀ ਹੈ ਨਹੀਂ ਤੇ ਜ਼ਿਲ੍ਹਾ ਦੇ ਅੰਦਰ ਵੀ ਹੈ ਨਹੀਂ ਅਲੀ ਸਾਹਿਬ ਅੰਮ੍ਰਿਤਪਾਲ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਅਜਨਾਲੇ ਥਾਣੇ ਗਏ ਸੀਗੇ ਵੱਡਾ ਕਾਫਲਾ ਲੈ ਕੇ ਨੌਜਵਾਨਾਂ ਦਾ ਚਲੋ ਉਹ ਇੱਕ ਧਾਰਮਿਕ ਮੁੱਦਾ ਹੈਗਾ ਉਹਦੇ ਤੇ ਜਥੇਦਾਰ ਸਾਹਿਬ ਨੇ ਕਮੇਟੀ ਬਣਾਈ ਆ ਅੱਗੇ ਕੀ ਫੈਸਲਾ ਲੈਂਦੇ ਆ ਉਹ ਤੇ ਫਿਰ ਵਿਚਾਰ ਕਰਾਂਗੇ ਬਿਲਕੁਲ ਸੋ ਮਨਪ੍ਰੀਤ ਸਿੰਘ ਯਾਲੀ ਜੋ ਕਿ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਆ ਉਹ ਇੱਥੇ ਪਹੁੰਚੇ ਨੇ ਸੋ ਪੰਜਾਬ ਦੀ ਹਾਲਾਤਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ ਕਹਿੰਦੇ ਅੱਜ ਦੇਖੋਗੇ ਜ਼ੀਰੋ ਆਵਰ ਆ ਉਹਦੇ ਉੱਪਰ ਵੀ ਕੀ ਗੱਲਬਾਤ ਹੁੰਦੀ ਹੈ ਸਵਾਲ ਜਵਾਬ ਵੀ ਹੋਣੇ ਆ ਸੋ ਜੁੜੇ ਰਹੋ ਸਮਰ ਨਿਊਜ਼ ਦੇ ਨਾਲ ਯਾਲੀ ਸਾਹਿਬ ਕਿਵੇਂ ਦੇਖਦੇ ਹੋ ਅੱਜ ਦੂਜਾ ਜਨਰਲ ਸੈਸ਼ਨ ਦਾ ਜੀ ਦੇਖੋ ਅੱਜ ਜਿਹੜੇ ਵੀ ਕਿਉਂਕਿ ਅੱਜ ਜ਼ੀਰੋ ਆਵਰ ਵੀ ਹੋਣਾ ਕੁਐਸਚਨ ਆਵਰ ਵੀ ਆ ਬਿਲਕੁਲ ਤੇ ਬਹਿਸ ਵੀ ਹੋਣੀ ਆ ਤੇ ਰਾਜਪਾਲ ਦੇ ਭਾਸ਼ਣ ਤੇ ਸੋ ਉਹਦੇ ਵਿੱਚ ਸਾਰੇ ਮੁੱਦੇ ਜਿਹੜੇ ਹੈਗੇ ਚੱਕਾਂਗੇ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਦੇਖ ਹੀ ਰਿਹਾ ਆਪਾਂ ਨੂੰ ਰੋਜ਼ ਜਿਹੜੇ ਹਾਲਾਤ ਬਣੇ ਹੋਏ ਨੇ ਲਾਅ ਐਂਡ ਆਰਡਰ ਨੂੰ ਲੈ ਕੇ ਖਾਸ ਤੌਰ ਤੇ ਜਿਸ ਦਿਨ ਸਰਕਾਰ ਬਣੀ ਆ ਉਸੇ ਦਿਨ ਤੋਂ ਲੈ ਕੇ ਹੀ ਜਿਹੜੀ ਸਥਿਤੀ ਬੜੀ ਮਾੜੀ ਆ ਸਰਕਾਰ ਕਹਿੰਦੀ ਆ ਹੁਣ ਜੇਲ੍ਹਾਂ ਦੇ ਵਿੱਚ ਕੋਈ ਫੋਨ ਨਹੀਂ ਹੈਗਾ ਪਰ ਕੱਲ ਹੀ ਵੀਡੀਓ ਵਾਇਰਲ ਹੁੰਦੀ ਹੈ ਗੋਵਿੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਕਿਵੇਂ ਮਰਡਰ ਕਰਕੇ ਲਾਸ਼ਾਂ ਵਿਛਾਈਆਂ ਗਈਆਂ ਸੀਗੀਆਂ ਹੈਰਾਨੀ ਵਾਲੀ ਗੱਲ ਹੈ ਇਹ ਵੀ ਦੇਖੋ ਅੱਜ ਇਹ ਜਿਹੜੇ ਗੈਂਗਸਟਰ ਨੇ ਵੀ ਜੇਲ੍ਹਾਂ ਦੇ ਵਿੱਚੋਂ ਵੀ ਵੀਡੀਓ ਪਾ ਰਹੇ ਨੇ ਤੇ ਸਰਕਾਰ ਦਾ ਜਿਹੜਾ ਮੈਂ ਕੰਟਰੋਲ ਹੀ ਹੈ ਨਹੀਂ ਸੋ ਬਾਹਰ ਵੀ ਹੈ ਨਹੀਂ ਤੇ ਜ਼ਿਲ੍ਹਾ ਦੇ ਅੰਦਰ ਵੀ ਹੈ ਨਹੀਂ ਅਲੀ ਸਾਹਿਬ ਅੰਮ੍ਰਿਤਪਾਲ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਅਜਨਾਲੇ ਥਾਣੇ ਗਏ ਸੀਗੇ ਵੱਡਾ ਕਾਫਲਾ ਲੈ ਕੇ ਨੌਜਵਾਨਾਂ ਦਾ ਚਲੋ ਉਹ ਇੱਕ ਧਾਰਮਿਕ ਮੁੱਦਾ ਹੈਗਾ ਉਹਦੇ ਤੇ ਜਥੇਦਾਰ ਸਾਹਿਬ ਨੇ ਕਮੇਟੀ ਬਣਾਈ ਆ ਅੱਗੇ ਕੀ ਫੈਸਲਾ ਲੈਂਦੇ ਆ ਉਹ ਤੇ ਫਿਰ ਵਿਚਾਰ ਕਰਾਂਗੇ ਬਿਲਕੁਲ ਸੋ ਮਨਪ੍ਰੀਤ ਸਿੰਘ ਯਾਲੀ ਜੋ ਕਿ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਆ ਉਹ ਇੱਥੇ ਪਹੁੰਚੇ ਨੇ ਸੋ ਪੰਜਾਬ ਦੀ ਹਾਲਾਤਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ ਕਹਿੰਦੇ ਅੱਜ ਦੇਖੋਗੇ ਜ਼ੀਰੋ ਆਵਰ ਆ ਉਹਦੇ ਉੱਪਰ ਵੀ ਕੀ ਗੱਲਬਾਤ ਹੁੰਦੀ ਹੈ ਸਵਾਲ ਜਵਾਬ ਵੀ ਹੋਣੇ ਆ ਸੋ ਜੁੜੇ ਰਹੋ ਸਮਰ ਨਿਊਜ਼ ਦੇ ਨਾਲ